ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਲਿਖਿਆ ਹੈ ਕਿ ਕਿਹੜੀਆਂ ਚੀਜ਼ਾਂ ਮਨ ਨੂੰ ਨਿਤਾਨਾ ਕਰਦੀਆਂ ਹਨ ਕਿ ਅਸੀਂ ਉਹਨਾਂ ਤੋਂ ਬਚ ਕੇ ਰਹਿ ਸਕੀਏ ਤੇ ਕਿਸ ਗੱਲ ਦੀ ਜ਼ਰੂਰਤ ਹੈ ਕਿ ਅਸੀਂ ਸਦਾ ਚੜ੍ਹਦੀਆਂ ਕਲਾਂ ਵਿੱਚ ਰਹੀਏ ਖਿੜੀਏ ਰਹੀਏ ਤੇ ਸੁਰਤ ਕਿਸੇ ਦਬੇਲ ਵਿੱਚ ਨਾ ਆਵੇ ਆਓ ਪਿਆਰ ਨਾਲ ਸਰਵਣ ਕਰੀਏ ਜੀ ਸਤਿਗੁਰ ਦਾ ਵਾਕ ਹੈ ਭੈ ਨਾ ਦੇਣਾ ਤੇ ਨਾ ਪੈ ਖਾਣ ਭੈ ਖਾਣਦਾਲ ਅਸੀਂ ਆਪਣਾ ਆਪ ਅਗਲੇ ਦੀ ਛੜ ਦੇ ਢੇਠਾਂ ਆਪ ਲਾ ਦਿੰਦੇ ਹਾਂ ਤੇ ਆਪਣੇ ਆਪ ਨੂੰ ਆਪ ਨਿਤਾਣਾ ਕਰ ਸੁਟਦੇ ਹਾਂ ਭੈ ਖਾਣ ਵਾਲੀਆਂ ਸੁਰਤਾਂ ਗੱਲਾਂ ਨਾਲ ਨਿਰਭੈ ਨਹੀਂ ਹੁੰਦੀਆਂ ਨਾਮ ਜਪਿਆਂ ਸੁਰਤ ਜ਼ੋਰ ਫੜਦੀ ਹੈ ਤੇ ਉੱਚੀ ਹੁੰਦੀ ਹੈ ਤਦ ਭੈ ਹਟਦਾ ਹੈ ਫਿਰ ਦੁਰਾ ਦੇਈ ਪੈ ਖਾਣ ਵਾਲੀਆਂ ਸੁਰਤਾਂ ਗੱਲਾਂ ਨਾਲ ਨਿਰਪੈ ਨਹੀਂ ਹੁੰਦੀਆਂ ਨਾਮ ਜਪਿਆਂ ਸੁਰਤ ਜ਼ੋਰ ਫੜਦੀ ਹੈ ਤੇ ਉੱਚੀ ਹੁੰਦੀ ਹੈ ਤਦ ਪੈ ਹਟਦਾ ਹੈ ਅੰਤ ਨਾਮੀ ਨੂੰ ਨਿਰਪੈ ਪਦ ਪ੍ਰਾਪਤ ਹੁੰਦਾ ਹੈ ਸਿੱਖ ਨੂੰ ਇਸ ਮਨ ਤੇ ਪਹਿਰਾ ਰੱਖਣਾ ਲੋੜੀਏ ਨਾਮੀ ਪੁਰਖ ਦਾ ਮਨ ਜੇ ਕਦੇ ਮੋਹੇ ਠਾ ਨਾ ਲੱਗੇ ਵੈਰ ਠਾ ਨਾ ਲੱਗੇ ਭੈ ਨਾ ਖਾਵੇ ਤਾਂ ਸਦਾ ਸੁਖੀ ਤੇ ਚੜ੍ਹਦੀਆਂ ਕਲਾਂ ਵਿੱਚ ਖੜਿਆ ਰਹਿੰਦਾ ਹੈ ਫਿਰ ਦੁਰਾ ਦੇਈਏ ਕਿ ਨਾਮੀ ਪੁਰਖ ਦਾ ਮਨ ਜੇ ਕਦੇ ਮੋਹ ਇਠਾਂ ਨਾ ਲੱਗੇ ਵੈਰ ਇਠਾਂ ਨਾ ਲੱਗੇ ਭੈ ਨਾ ਖਾਵੇ ਤਾਂ ਸਦਾ ਸੁਖੀ ਤੇ ਚੜ੍ਹਦੀਆਂ ਕਲਾਂ ਵਿੱਚ ਖੜਿਆ ਰਹਿੰਦਾ ਹੈ ਪਰ ਬੰਦਾ ਨਿਰਬਲ ਹੈ ਕਦੇ ਮੋਹ ਕਦੇ ਵੈਰ ਕਦੇ ਭੈ ਤੇ ਕਦੇ ਭਰਮ ਇਸ ਨੂੰ ਨਿਤਾਣਿਆ ਕਰ ਜਾਂਦੇ ਜਿਸ ਨਾਲ ਮੋਹ ਕਰੀਏ ਉਸ ਦੇ ਮਨ ਦਾ ਅਕਸ ਆਪਣੇ ਮਨ ਤੇ ਪੈਂਦਾ ਹੈ ਤੇ ਜਿਸ ਤਰ੍ਹਾਂ ਉਹ ਕਲੇਸ਼ ਵਿੱਚ ਹੈ ਉਸ ਦੇ ਕਲੇਸ਼ ਦਾ ਭਾਵ ਆਪਣੇ ਮਨ ਤੇ ਪੈ ਜਾਂਦਾ ਹੈ ਹਾਂਜੀ ਫਿਰ ਦੁਹਰਾ ਦਿਓ ਇਹ ਮੋਹ ਨਾਲ ਕੀ ਹੁੰਦਾ ਹੈ ਜਿਸ ਨਾਲ ਮੋਹ ਕਰੀਏ ਉਸ ਦੇ ਮਨ ਦਾ ਅਕਸ ਆਪਣੇ ਮਨ ਤੇ ਪੈਂਦਾ ਹੈ ਜਿਸ ਤਰ੍ਹਾਂ ਉਹ ਕਲੇਸ਼ ਵਿੱਚ ਹੈ ਉਸ ਦੇ ਕਲੇਸ਼ ਦਾ ਭਾਵ ਆਪਣੇ ਮਨ ਤੇ ਪੈ ਜਾਂਦਾ ਹੈ ਜਿਸ ਨਾਲ ਵਹਿਰ ਅੰਦਰ ਫੁਰੇ ਉਸ ਦੇ ਮਨ ਨਾਲ ਵੀ ਸਾਡੇ ਮਨ ਦੀ ਕਾਸ ਜਾ ਲੱਗਦੀ ਹੈ ਉਸ ਦੇ ਮਨ ਦਾ ਕਲੇਸ਼ ਸਾਡੇ ਮਨ ਤੇ ਅਸਰ ਕਰਦਾ ਹੈ ਹਾਂਜੀ ਫਿਰ ਦੁਹਰਾ ਦਿਈ ਜਿਸ ਨਾਲ ਵਹਿਰ ਅੰਦਰ ਫਰੇ ਉਸ ਦੇ ਮਨ ਨਾਲ ਵੀ ਸਾਡੇ ਮਨ ਦੀ ਕਾਸ ਜਾ ਲੱਗਦੀ ਹੈ ਉਸ ਦੇ ਮਨ ਦਾ ਕਲੇਸ਼ ਸਾਡੇ ਮਨ ਤੇ ਅਸਰ ਕਰਦਾ ਹੈ ਜਿਸ ਦਾ ਭੈ ਖਾਈਏ ਉਸ ਦੇ ਮਨ ਦਾ ਦਬਾਅ ਸਾਡੇ ਮਨ ਤੇ ਪੈ ਕੇ ਸਾਨੂੰ ਘੁੱਟ ਸੁਟਦਾ ਹੈ ਤੇ ਮਨ ਤਾਂ ਕਿਤੇ ਰਿਆ ਸ਼ਰੀਰ ਵੀ ਰੋਗੀ ਹੋ ਜਾਂਦਾ ਹੈ ਹਾਂਜੀ ਜਿਸ ਦਾ ਭੈ ਖਾਈਏ ਉਸ ਦੇ ਮਨ ਦਾ ਦਬਾਅ ਸਾਡੇ ਮਨ ਤੇ ਪੈ ਕੇ ਸਾਨੂੰ ਘੁੱਟ ਸੁਟਦਾ ਹੈ ਤੇ ਮਨ ਤਾਂ ਕਿਤੇ ਰਿਆ ਸ਼ਰੀਰ ਵੀ ਰੋਗੀ ਹੋ ਜਾਂਦਾ ਹੈ ਸੋ ਜੋ ਪਰਮ ਬ੍ਰਹਮ ਦੇ ਭਗਤ ਹਨ ਸੋ ਨਿਰਵੈਰ ਹਨ ਨਿਰਪਾਉ ਹਨ ਨਿਰਮੋਹ ਹਨ ਤੇ ਭਰਮ ਤੋਂ ਪਰੇ ਹਨ ਨਾਮੀ ਪੁਰਖ ਦਾ ਮਨ ਦਾਤਾ ਮਨ ਹੈ ਉੱਚਾ ਮਨ ਹੈ ਉਣ ਮਨ ਹੈ ਉਣ ਮਨ ਕਹਿੰਦੇ ਹਨ ਉੱਚੇ ਹੋ ਗਏ ਨੂੰ ਜੋ ਸੋਚ ਵਿਚਾਰ ਤੋਂ ਉੱਚਾ ਖੇੜੇ ਤੇ ਰਸ ਦੇ ਘਰ ਵਿੱਚ ਉਨਤ ਹੋ ਗਿਆ ਹੈ ਸੋ ਉਣ ਮਨ ਹੈ ਜਿਸ ਦਾ ਮਨ ਉਣ ਮਨ ਯਾਨੀ ਉੱਚਾ ਹੈ ਉਹ ਕਿਸੇ ਦੇ ਹੇਠ ਨਹੀਂ ਲੱਗਦਾ ਸਾਰੇ ਮਨ ਜਗਤ ਦੇ ਉਸ ਪਰ ਆਪਣਾ ਅਸਰ ਨਹੀਂ ਪਾ ਸਕਦੇ ਫਿਰ ਦੋ ਰਾਦਈ ਉਨਮਨ ਕਹਿੰਦੇ ਹਨ ਉੱਚੇ ਹੋ ਗਏ ਨੂੰ ਜੋ ਸੋਚ ਵਿਚਾਰ ਤੋਂ ਉੱਚਾ ਖੇੜੇ ਤੇ ਰਸ ਦੇ ਘਰ ਵਿੱਚ ਉਨਤ ਹੋ ਗਿਆ ਹੈ ਸੋ ਉਨਮਨ ਹੈ ਜਿਸ ਦਾ ਮਨ ਉਨਮਨ ਯਾਨੀ ਉੱਚਾ ਹੈ ਉਹ ਕਿਸੇ ਦੇ ਹੇਠ ਨਹੀਂ ਲੱਗਦਾ ਸਾਰੇ ਮਨ ਜਗਤ ਦੇ ਉਸ ਪਰ ਆਪਣਾ ਅਸਰ ਨਹੀਂ ਪਾ ਸਕਦੇ ਉਸ ਨੇ ਆਪਣੇ ਮਨ ਨੂੰ ਜਗਤ ਦੇ ਮਨਾਂ ਦੇ ਵੈਰ ਮੋਹ ਭੈ ਭਰਮ ਦੇ ਅਸਰਾਂ ਵਾਲੇ ਮੰਡਲ ਤੋਂ ਉੱਚਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਜੋਤ ਰੂਪ ਤੇ ਸਰਵਗੰਗ ਮੰਨ ਦੇ ਹੇਠ ਲਾਇਆ ਹੈ ਉਸ ਪਰ ਉੱਚੇ ਸਤਸੰਗ ਸਤਗੁਰੂ ਵਾਹਿਗੁਰੂ ਦਾ ਆਸਰਾ ਪੈਂਦਾ ਹੈ ਜੋ ਸਦਾ ਕਲੇਸ਼ ਰਹਿਤ ਆਮਾਨ ਦਾ ਘਰ ਤੇ ਸੁਖ ਦਾ ਟਿਕਾਣਾ ਹੈ ਫਿਰ ਦौरा ਦੇ ਉਸਨੇ ਆਪਣੇ ਮਨ ਨੂੰ ਜਗਤ ਦੇ ਮਨਾਂ ਦੇ ਵੈਰ ਮੋਹ ਭੈ ਭਰਮ ਦੇ ਅਸਰਾਂ ਵਾਲੇ ਮੰਡਲ ਤੋਂ ਉੱਚਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਜੋਤ ਰੂਪ ਤੇ ਸਰਵਗ੍ਹੇ ਮਨ ਦੇ ਲਾਇਆ ਹੈ ਉਸ ਪਰ ਉੱਚੇ ਸਤਸੰਗ ਸਤਗੁਰੂ ਵਾਹਿਗੁਰੂ ਦਾ ਅਸਰ ਪੈਂਦਾ ਹੈ ਜੋ ਸਦਾ ਕਲੇਸ਼ ਰਹਿਤ ਆਮਾਨ ਦਾ ਘਰ ਤੇ ਸੁਖ ਦਾ ਟਿਕਾਣਾ ਹੈ ਫਿਰ ਦौरा ਦੇ ਉਸਨੇ ਆਪਣੇ ਮਨ ਨੂੰ ਜਗਤ ਦੇ ਮਨਾਂ ਦੇ ਵੈਰ, ਮੋਹ, ਭੈ, ਭਰਮ ਦੇ ਅਸਰਾਂ ਵਾਲੇ ਮੰਡਲ ਤੋਂ ਉੱਚਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਜੋਤ ਰੂਪ ਤੇ ਸਰਵੱਗੇ ਮੰਨ ਦੇ ਢੇਠ ਲਾਇਆ ਹੈ। ਉਸ ਪਰ ਉੱਚੇ ਸਤਸੰਗ ਸਤਗੁਰੂ ਵਾਹਿਗੁਰੂ ਦਾ ਅਸਰ ਪੈਂਦਾ ਹੈ ਜੋ ਸਦਾ ਕਲੇਸ਼ ਰਹਿਤ ਆਮਾਨ ਦਾ ਘਰ ਤੇ ਸੁਖ ਦਾ ਟਿਕਾਣਾ ਹੈ। ਸੋ ਨਾਮ ਜਪਣਾ ਦਬੜੂ ਕੁਸੜੂ ਹੋਣ ਦਾ ਨਾਮ ਨਹੀਂ ਹੈ ਤੇ ਨਾ ਹੀ ਹੈਕੜੀਆਂ ਹੋਣ ਦਾ ਨਾਮ ਹੈ। ਨਾਮ ਜਪਣ ਵਾਲਾ ਅਤੇ ਸਭ ਤੋਂ ਉੱਚਾ ਪਰ ਵਾਹਿਗੁਰੂ ਦੇ ਭੈ ਤੇ ਪਿਆਰ ਦੇ ਅਸਰ ਹੀਠਾਂ ਰਹਿੰਦਾ ਹੈ ਜਿਸ ਦਾ ਪ੍ਰਤੱਖ ਫਲ ਹੈ ਰਸਤੇ ਖੇੜੇ ਦਾ ਅੰਦਰ ਵਸਣਾ ਜਿਹੜਾ ਸਾਡਾ ਹੈ ਨਾ ਅੰਦਰਲਾ ਇਹ ਖਿੜਿਆ ਰਹੇ ਤਹਿਕਿਆ ਰਹੇ ਕੋਲ ਫੁੱਲ ਵਾਂਗੂ ਤੇ ਹੀਠ ਨਾ ਲੱਗੇ ਕਿਸੇ ਹੋਰ ਦੇ ਦਿੱਤੇ ਭੈ ਦੇ ਨਾ ਹੀ ਮਨ ਪੱਥਰ ਹੋ ਜਾਵੇ ਰਹੇ ਤਾਂ ਜੀਉਂਦਾ ਸੁਰਜੀਤ ਨਰਮ ਦਰਵਿਆ ਸਵਾਦ ਵਿੱਚ ਰਸ ਵਿੱਚ ਪਰ ਰਹੇ ਊਨਮ ਸਭ ਤੋਂ ਉੱਚਾ ਤਾਂ ਜੋ ਹੋਰ ਕਿਸੇ ਦਾ ਅਸਰ ਇਸੋ ਤੇ ਨਾ ਪਵੇ ਹੁ ਸਵਾਲ ਉੱਠਦਾ ਹੈ ਜਦੋਂ ਵੇਲਾ ਆਉਂਦਾ ਹੈ ਪਰਤਾਵੇ ਦਾ ਤਾਂ ਕਿਉਂ ਟਹਿ ਪਈਦਾ ਹੈ ਉੱਤਰ ਡਿਗ ਡਿਗ ਕੇ ਸਵਾਰ ਹੋਈਦਾ ਹੈ ਇਸ ਤਰ੍ਹਾਂ ਸਟਾਂ ਖਾ ਖਾ ਕੇ ਤਕੜੇ ਹੋਈਦਾ ਹੈ ਜੋ ਲੋਕ ਗੱਲਾਂ ਕਰਦੇ ਹਨ ਸੋ ਗੱਲਾਂ ਕਰਦੇ ਹਨ ਜੋ ਕਥਨੀ ਦੇ ਸੂਰੇ ਗਿਆਨੀ ਹਨ ਸੋ ਗਿਆਨੀ ਹਨ ਪਰ ਜੋ ਨਾਮ ਦੀ ਕਾਰ ਕਰਦੇ ਹਨ ਉਹਨਾਂ ਦੇ ਮਨਾਂ ਤੋਂ ਸੱਚਮੁੱਚ ਓਮੇ ਦਾ ਪਰਦਾ ਉਤਰਦਾ ਹੈ ਜਦ ਇਹ ਪਰਦਾ ਉਤਰਦਾ ਹੈ ਤਾਂ ਮਨ ਮਨੋਂ ਨੰਗਾ ਹੋ ਜਾਂਦਾ ਹੈ ਉਸ ਮਨ ਪਰ ਵਾਹਿਗੁਰੂ ਦਾ ਜਲਵਾ ਪਏ ਤੇ ਵਾਹਿਗੁਰੂ ਉਸ ਦਾ ਪਰਦਾ ਬਣੇ ਤਾਂ ਮਨ ਤਕੜਾ ਸ਼ੇਰ ਹੋ ਜਾਂਦਾ ਹੈ ਪਰ ਜੇ ਵਾਹਿਗੁਰੂ ਦੀ ਥਾਂ ਸਾਡੇ ਨੰਗੇ ਹੋ ਗਏ ਮਨ ਉਤੇ ਅਕਸ ਪਾਵੇ ਵੈਰ ਦਾ ਮੋਹ ਦਾ ਭੌ ਦਾ ਪਰਮ ਦਾ ਈਰਖਾ ਜਲਨ ਕ੍ਰੁਜਣ ਲੋਭ ਲਾਲਚ ਜਾਂ ਮਾਇਆ ਦਾ ਤਾਂ ਫੇਰ ਮਨ ਫਟੜ ਹੋ ਜਾਂਦਾ ਹੈ ਫਿਰ ਦੁਰਾਦਈ ਜੋ ਲੋਕ ਗੱਲਾਂ ਕਰਦੇ ਹਨ ਸੋ ਗੱਲਾਂ ਕਰਦੇ ਹਨ ਜੋ ਕਥਨੀ ਦੇ ਸੂਰੇ ਗਿਆਨੀ ਹਨ ਸੋ ਗਿਆਨੀ ਹਨ ਪਰ ਜੋ ਨਾਮ ਦੀ ਕਾਰ ਕਰਦੇ ਹਨ ਉਹਨਾਂ ਦੇ ਮਨਾਂ ਤੋਂ ਸੱਚਮੁੱਚ ਓਮੇ ਦਾ ਪਰਦਾ ਉਤਰਦਾ ਹੈ ਜਦ ਇਹ ਪਰਦਾ ਉਤਰਦਾ ਹੈ ਤਾਂ ਮਨ ਮਨੋਂ ਨੰਗਾ ਹੋ ਜਾਂਦਾ ਹੈ ਉਸ ਮਨ ਪਰ ਵਾਹਿਗੁਰੂ ਦਾ ਜਲਵਾ ਪਏ ਤੇ ਵਾਹਿਗੁਰੂ ਉਸ ਦਾ ਪਰਦਾ ਬਣੇ ਤਾਂ ਮਨ ਤਕੜਾ ਸ਼ੇਰ ਹੋ ਜਾਂਦਾ ਹੈ ਪਰ ਜੇ ਵਾਹਿਗੁਰੂ ਦੀ ਥਾਂ ਸਾਡੇ ਨੰਗੇ ਹੋ ਗਏ ਮਨ ਉਤੇ ਅਕਸ ਪਵੇ ਵੈਰ ਦਾ ਮੋਹ ਦਾ ਭੌ ਦਾ ਭਰਮ ਦਾ ਈਰਖਾ ਜਲਨ ਕ੍ਰੁਜਣ ਲੋਭ ਲਾਲਚ ਜਾਂ ਮਾਇਆ ਦਾ ਤਾਂ ਫੇਰ ਮਨ ਫਟੜ ਹੋ ਜਾਂਦਾ ਹੈ ਤੇ ਕਈ ਵੇਰ ਸਰੀਰ ਵੀ ਨਾਲ ਠੋਕਰ ਖਾਂਦਾ ਹੈ ਇਸੇ ਕਰਕੇ ਨਾਮ ਦੇ ਰਸੀਏ ਜਦ ਨਾਮ ਦਾ ਅੰਦਰ ਵਾਸਾ ਕਰਾਉਂਦੇ ਹਨ ਤਾਂ ਨਿਰਭੈਤਾ ਨਿਰਵੈਰਤਾ ਨਿਰਮੋਹਤਾ ਸਖਾਲਦੇ ਹਨ ਤੇ ਸਦਾ ਆਪਣੇ ਧਿਆਨ ਦੇਵ ਦੇ ਨਾਲ ਲਿਵ ਵਿੱਚ ਰੱਖਣ ਦੀ ਗੰਢ ਪਾਉਂਦੇ ਹਨ ਜੋ ਆਪਣੇ ਧਿਆਨ ਤੋਂ ਉਖੜਦੇ ਹਨ ਉਹਨਾਂ ਦੇ ਧਿਆਨ ਵਿੱਚ ਜੋ ਉਪਰੀ ਸ਼ਹਿਵਾਸਾ ਪਾਉਂਦੀ ਹੈ ਦੁੱਖ ਦਿੰਦੀ ਹੈ ਕਿਉਂਕਿ ਸਿਵਾ ਉਸ ਆਪਣੇ ਉੱਚੇ ਠੰਡੇ ਧਿਆਨ ਦੇ ਹੋਰ ਤੋਂ ਠੰਢੀ ਲੱਗਦੀ ਇਸ ਲਈ ਸਦਾ ਸਤਗੁਰ ਦੀ ਸ਼ਰਨ ਰਹੁ ਸਤਸੰਗ ਦੀ ਓਟ ਵਿੱਚ ਮਾਣ ਨਾਲ ਸਦਾ ਰਹੋ ਵਾਹਿਗੁਰੂ ਦੇ ਨਾਮ ਤੇ ਰਸ ਵਿੱਚ ਵਸੋ ਤੇ ਭੈ ਪਰਮ ਮੋਹ ਵੈਰ ਤੋਂ ਸਦਾ ਬਚੋ ਸਿਮਰਨ ਵਿੱਚ ਆ ਕੇ ਆਪਣੇ ਅੰਦਰਲੇ ਨੂੰ ਸਦਾ ਉੱਚਾ ਰੱਖੋ ਇਹ ਹੰਕਾਰ ਨਹੀਂ ਇਹ ਅਸਲੀ ਉੱਚਾਈਆਂ ਹਨ ਜੋ ਨਾਮ ਨਾਲ ਆਉਂਦੀ ਹੈ ਮਨ ਉੱਚਾ ਰਹੇ ਤਾਂ ਦੁਹੇ ਦੇ ਦਬਾਹ ਹਿੱਟ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ